ਦੋਸਤੋ ਡਾਕਟਰ ਹਮੇਸ਼ਾ ਜਿੰਸੀ ਸਿਹਤ ਨੂੰ ਗੰਭੀਰਤਾ ਨਾਲ ਲੈਣ ਦੀ ਸਿਫਾਰਿਸ਼ ਕਰਦੇ ਨੇ ਕਿਉਂਕਿ ਅਸਲ ਵਿੱਚ ਇਸ ਦਾ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਨਾਲ ਸਿੱਧਾ ਸੰਬੰਧ ਹੈ ਬਦਕਿਸਮਤੀ ਨਾਲ ਜਿੰਸੀ ਸਿਹਤ ਬਾਰੇ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਗੱਲ ਨਹੀਂ ਕੀਤੀ ਜਾਂਦੀ ਦੋਸਤੋ ਸੈਕਸ ਮਾਹਰ ਕਹਿੰਦੇ ਨੇ ਕਿ ਇਸ ਦਾ ਇਲਾਜ ਤਾਂ ਸੰਭਵ ਹੈ ਪਰ ਜਦੋਂ ਮਰਦਾਂ ਵਿੱਚ ਜਿੰਸੀ ਸਿਹਤ ਨਾਲ ਜੁੜੇ ਵਿਕਾਰ ਸਮੇਂ ਸਿਰ ਪਤਾ ਲੱਗ ਸਕਣ ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਪਿੰਡੂ ਨੁਸਖੇ ਦੇ ਵਿੱਚ ਜਿਸ ਵਿੱਚ ਅਕਸਰ ਆਪਾਂ ਗੱਲਬਾਤ ਕਰਦੇ ਹਾਂ ਪਿੰਡੂ ਦੇ ਦੇਸੀ ਨੁਸਖਿਆਂ ਬਾਰੇ ਜਿਸ ਨਾਲ ਤੁਸੀਂ ਘਰ ਬੈਠ ਕੇ ਆਪਣੇ ਸਰੀਰ ਦਾ ਖਿਆਲ ਰੱਖ ਸਕਦੇ ਹੋ ਕੁਝ ਦੇਸੀ ਤੇ ਘਰੇਲੂ ਉਪਾਅ ਨਾਲ ਜੇਕਰ ਤੁਸੀਂ ਕੋਈ ਵੀ ਬਿਮਾਰੀ ਤੋਂ ਗ੍ਰਸਤ ਹੋ ਸੋ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਸਾਡੇ ਚੈਨਲ ਪਿੰਨੋ ਨੁਸਖੇ ਦੇ ਨਾਮੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਨਾਲ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਡੇ ਤੱਕ ਸਾਡੀਆਂ ਨਵੀਆਂ ਵੀਡੀਓਜ਼ ਦਾ ਡੋਜ਼ ਜਾਂ ਨਵੀਆਂ ਵੀਡੀਓਜ਼ ਦੀ ਅਪਡੇਟ ਨੋਟੀਫਿਕੇਸ਼ਨ ਰਾਹੀਂ ਸਭ ਤੋਂ ਪਹਿਲਾਂ ਪਹੁੰਚ ਸਕੇ ਇੱਕ ਐਂਡਰੋਲੋਜਿਸਟ ਜਿੰਸੀ ਬਿਮਾਰੀਆਂ ਦੀ ਜਾਂਚ ਕਰ ਸਕਦਾ ਹੈ ਅਤੇ ਉਹਨਾਂ ਨਾਲ ਬਿਹਤਰ ਇਲਾਜ ਕਰ ਸਕਦਾ ਹੈ। ਸੋ ਐਂਡਰੋਲੋਜਿਸਟ ਇੱਕ ਅਜਿਹਾ ਕੁਆਲੀਫਾਈਡ ਯੂਰੋਲੋਜਿਸਟ ਹੁੰਦਾ ਹੈ ਜੋ ਮਰਦਾਂ ਵਿੱਚ ਬਾਂਝਪਨ ਅਤੇ ਜਿੰਸੀ ਸਿਹਤ ਨਾਲ ਜੁੜੀ ਗੰਭੀਰਤਾ ਨੂੰ ਸਮਝ ਸਕਦਾ ਹੈ। ਸੋ ਮਾਹਰ ਕਹਿੰਦੇ ਨੇ ਕਿ ਜੇ ਕੋਈ ਵਿਅਕਤੀ ਜਿੰਸੀ ਸਿਹਤ ਨਾਲ ਜੁੜੀਆਂ ਚਾਰ ਕਿਸਮਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਨਾ ਤਾਂ ਉਸ ਨੂੰ ਤੁਰੰਤ ਵਿਗਿਆਨੀ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਚਨਚੇਤੀ ਨਿਚੋੜ ਜੇਕਰ ਜਿੰਸੀ ਗਤੀਵਿਧੀਆਂ ਤੋਂ ਬਾਅਦ ਸਮੇਂ ਤੋਂ ਪਹਿਲਾਂ ਅਚਨਚੇਤੀ ਨਿਚੋੜ ਹੋ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਪ੍ਰੀਮੈਚੂਰ ਤੋ ਉਹ ਇਹ ਸਮੱਸਿਆ ਅਕਸਰ ਨੌਜਵਾਨ ਲੋਕਾਂ ਵਿੱਚ ਛੋਟੀ ਉਮਰ ਵਿੱਚ ਵੇਖੀ ਜਾ ਸਕਦੀ ਹੈ ਹਾਲਾਂਕਿ ਇਹ ਸਮੱਸਿਆ ਕਿਸੇ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ ਯੂਰੋ ਦੋਸਤੋ ਯੂਰੋ ਐਂਡਰੋਲੋਜਿਸਟ ਕਹਿੰਦੇ ਨੇ ਕਿ ਪ੍ਰੀਮੈਚੁਰ ਐਜਕੂਲੇਸ਼ਨ ਜ਼ਿਆਦਾ ਲੋਕਾਂ ਵਿੱਚ ਇਰੇਕਟਾਈਲ ਡਿਪੌਨਸਕਤਾ ਦੀ ਚੇਤਾਵਨੀ ਦਾ ਸੰਕੇਤ ਵੀ ਹੋ ਸਕਦੀ ਹੈ ਸੋ ਇਹ ਲੋਕਾਂ ਵਿੱਚ ਚਿੰਤਾ ਵਿਕਾਰ ਦੀ ਚੇਤਾਵਨੀ ਵੱਜੋਂ ਕੰਮ ਕਰਦੀ ਹੈ ਹੁਣ ਜਿੰਸੀ ਇੱਛਾ ਵਿੱਚ ਕਮੀ ਦੋਸਤੋ ਜਿੰਸੀ ਇੱਛਾ ਵਿੱਚ ਕਮੀ ਦਾ ਮਤਲਬ ਹੁੰਦਾ ਵੀ ਤੁਹਾਡੀ ਸੈਕਸ ਦੀ ਇੱਛਾ ਘਟਦੀ ਜਾ ਰਹੀ ਹੈ ਤਾਂ ਇਸ ਸਮੱਸਿਆ ਪੁਰਸ਼ ਹਾਰਮੋਨ ਟੈਸਟੋਸਟੀਰੋਨ ਦੇ ਪੱਧਰ ਵਿੱਚ ਆਈ ਕਮੀ ਨਾਲ ਜੁੜੀ ਹੁੰਦੀ ਹੈ। ਅਸਲ શરીਰ ਦੇ ਵਿੱਚ ਟੈਸਟੋਸਟੇਰੋਨ ਦਾ ਸਬੰਧ ਸਾਡੀ ਸੈਕਸ ਡਰਾਈਵ, ਸ਼ੁਕਰਾਨੂ ਤੇ ਉਤਪਾਦਨ ਮਾਸਪੇਸ਼ੀਆਂ ਵਾਲਾ ਤੇ ਹੱਡੀਆਂ ਨਾਲ ਹੈ। ਡਾਕਟਰ ਕਹਿੰਦੇ ਨੇ ਕਿ ਘੱਟ ਟੈਸਟੋਸਟੇਰੋਨ ਦੀ ਵਿਅਕਤੀ ਦੇ ਸਰੀਰ ਤੇ ਮੂਡ ਨੂੰ ਪ੍ਰਭਾਵਿਤ ਕਰ ਸਕਦੇ ਨੇ। ਉਦਾਸੀ, ਚਿੰਤਾ ਜਾਂ ਰਿਸ਼ਤੇ ਦੀਆਂ ਮੁਸ਼ਕਲਾਂ ਜਿੰਸੀ ਛਾਵਾਂ ਦੇ ਘੱਟ ਦਾ ਕਾਰਨ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਹਰ ਕਿਸਮ ਦੇ ਲਾਜ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਸਮੇਤ ਐਂਟੀ ਡਿਪਰੈਸੈਂਟਸ ਵੀ ਇਸ ਨੂੰ ਉਤਸ਼ਾਹਿਤ ਕਰ ਸਕਦੇ ਨੇ। ਬਾਂਝਪਨ। ਬਾਂਝਪਨ 'ਚ ਮਰਦ ਫੈਕਟਰ ਲਗਭਗ 40 ਤੋਂ 50% ਤਲੀ ਯੋਗਦਾਨ ਪਾਉਂਦਾ ਹੈ। ਗਰਭ ਧਾਰਨ ਕਰਨ ਦੇ ਬਹੁਤ ਸਾਰੇ ਪ੍ਰਮੁੱਖ ਕਾਰਨ ਹੋ ਸਕਦੇ ਨੇ ਜਿਨਸੀ ਨਿਪੁੰਸਕਣ ਅਤੇ ਸਮੇਤ ਬਹੁਤ ਸਾਰੇ ਕਾਰਨਾਂ ਕਰਕੇ ਆदमी ਬਾਝ ਪੰਦਾ ਸ਼ਿਕਾਰ ਹੋ ਜਾਂਦੇ ਨੇ ਹੁਣ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹ ਸਮੱਸਿਆ ਸਰੀਰਕ ਸਥਿਤੀ ਨਾੜੀਆਂ ਦੀ ਬਿਮਾਰੀ ਥਾਇਰੋਇਡ ਦੀ ਗ੍ਰਾਵਡ ਸ਼ੂਗਰ ਅਤੇ ਹਾਈਪਰਟੈਨਸ਼ਨ ਨਾਲ ਜੁੜ ਸਕਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਚਿੰਤਾ ਤਣਾਅ ਤੇ ਉਦਾਸੀ ਵਰਗੀਆਂ ਕਈ ਮਨੋਵਿਗਿਆਨਿਕ ਸਥਿਤੀਆਂ ਨਾਲ ਵੀ ਸੰਬੰਧਿਤ ਹੋ ਸਕਦੀ ਹੈ ਸੋ ਜੇਕਰ ਤੁਹਾਨੂੰ ਪ੍ਰੋਬਲਮ ਕੋਈ ਵੀ ਆਵੇ ਤਾਂ ਤੁਸੀਂ ਤੁਰੰਤ ਵਿਗਿਆਨੀ ਨਾਲ ਸੰਪਰਕ ਕਰੋ ਅਤੇ ਆਪਣੀ ਸਿਹਤ ਦਾ ਚੰਨ ਰੱਖੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਤੇ ਜੇਕਰ ਹਾਂ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਬਾ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਰਿਸ਼ਤੇਦਾਰਾਂ ਕਰੀਬੀਆਂ ਦੇ ਨਾਲ ਸੋਸ਼ਲ ਮੀਡੀਆ ਦੇ ਕਿਸੇ ਵੀ ਮਾਧਿਅਮ ਨਾਲਿ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚੇ ਤੇ ਉਹ ਵੀ ਇਹਨਾਂ ਸਾਰੇ ਘਰੇਲੂ ਉਪਾਅਾਂ ਦਾ ਲਾਭ ਲੈ ਸਕਣ ਸੋ ਅਗਲੀ ਵਾਰ ਫਿਰ ਲੈ ਕੇ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ